जिंदाबाद 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 खालिस्तान खालिस्तान चल जाओ बच्चे उधर खालिस्तान। यूनिवर्सिटी गया सी सिर्फ सिख कम्युनिटी नहीं असि सारे जिन्ने बंदे है ना कनेडा अमेरिका च रिवाज है कि गुरुद्वारे साहब बहुत वड्डे है उन्होंने दरवाजे खुले है उत्थे इंडियन भी आएगा मद्रासी भी आएगा बंगाली भी आएगा उड़िया वाला भी आएगा वो सारे इत्थे आंदे असि भी इत्थे आंदे साडा भी यही विचार है। कल मैं उन्होंने उत्थे मिलिया सीगा इत्थे कोई गुरुद्वारा साहब छोटा है लंगर हुंदा ते लोकी ज्यादा आ जांदे मैं भी जिथे जाना पहले पुछदा लंगर हैगा म्यूनिक गुरुद्वारे च लंगर हैगा पहले हफ्ते होया सीगा उत्थे ਇਹ ਸਾਡਾ ਵਿਚਾਰ ਹੈ ਅਸੀਂ ਇਸ ਲਈ ਆਏ ਹਾਂ ਤੁਸੀਂ ਜੋ ਤੁਹਾਡੀ ਸੋਚ ਹੈ ਉਹ ਤਾਂ ਤੁਹਾਡੀ ਸੋਚ ਹੈ ਨਹੀਂ ਸੋਚ ਦੀ ਗੱਲ ਨਹੀਂ ਤੁਸੀਂ ਬਾਕੀ ਮੈਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਹਿਣਾ ਚਾਹੁੰਦਾ ਹੁਣ ਮੈਂ ਜਾ ਰਿਹਾ ਨਹੀਂ ਇੱਕ ਵਾਰ ਜੀ ਸਾਡੀਆਂ ਗੱਲਾਂ ਦਾ ਜਵਾਬ ਦੇ ਕੇ ਜਾਓ ਹੁਣ ਕਿੱਦਾਂ ਹੁੰਦੀ ਵੀ ਆਪਣੀ ਵੀ ਕਹੋ ਦੂਜੇ ਦੀ ਵੀ ਸੁਣੋ ਅਸੀਂ ਤੁਹਾਡੀ ਗੱਲ ਸੁਣੀ ਬੜੇ ਆਰਾਮ ਨਾਲ ਪਿਆਰ ਨਾਲ ਪਿੱਛੇ ਹੋ ਜਾਓ ਤੁਸੀਂ ਉੱਪਰ ਚੜੀ ਅਸੀਂ ਤੁਹਾਡੇ ਪਿਆਰ ਨਾਲ ਪਿਆਰ ਨਾਲ ਤੁਹਾਡੀ ਗੱਲ ਸੁਣੀ ਪਹਿਲਾਂ ਨਾਲ ਕਰੀ ਤੁਹਾਨੂੰ ਕੋਈ ਨਾ ਤੁਹਾਨੂੰ ਕਹਿੰਦੇ ਟੱਚ ਨਹੀਂ ਕੀਤਾ ਬਿਲਕੁਲ ਟੱਚ ਨਹੀਂ ਕਰ ਮਾਰੇ ਗੱਲ ਕੋਈ ਗੱਲ ਨਹੀਂ ਤੁਸੀਂ ਆਪਣੀ ਜੋ ਗੱਲ ਕਰਨੀ ਕਰੋ ਪਰ ਮੈਂ ਤੁਹਾਨੂੰ ਇਹੀ ਕਹਿ ਰਿਹਾ ਮੇਰੀ ਗੱਲ ਸੁਣੋ ਤੁਸੀਂ ਮੇਰੀ ਗੱਲ ਸੁਣੋ ਮੈਂ ਬੰਦਾ ਹਾਂ ਬਹੁਤ ਛੋਟਾ ਮੈਂ ਤੁਹਾਨੂੰ ਪਾਸਪੋਰਟ ਵੀਜ਼ਾ ਓਸੀਆਈ ਦੇ ਸਕਦਾ ਦੀ ਗੱਲ ਨਹੀਂ ਕਰ ਰਹੀ ਤੁਹਾਡੇ ਨਾਲ ਠੀਕ ਹੈ ਜੀ ਤੁਸੀਂ ਪਾਸਪੋਰਟ ਲਈ ਇਸ਼ੂ ਆਏ ਜੀ ਕਿਸੇ ਨੂੰ ਪਾਸਪੋਰਟ ਦੀ ਪ੍ਰੋਬਲਮ ਹੈ ਤਾਂ ਤੁਸੀਂ ਇੱਥੇ ਉਹਦੀ ਸਾਫ਼ ਕਰਨ ਆਏ ਤੁਸੀਂ ਆਪਣਾ ਨੰਬਰ ਦਿਓ ਜਿਹਨੂੰ ਮੈਨੂੰ ਪਾਸਪੋਰਟ ਦੀ ਪ੍ਰੋਬਲਮ ਮੈਂ ਵੈਸੇ ਆਊਂਗਾ ਤੁਸੀਂ ਉੱਥੇ ਪ੍ਰੋਬਲਮ ਕਿਉਂ ਨਹੀਂ ਹੱਲ ਕਰਦੇ ਤੁਸੀਂ ਗੁਰੂ ਘਰ ਜਾ ਕੇ ਸਾਨੂੰ ਗੁਰਦੁਆਰਿਆਂ 'ਚ ਕਿਉਂ ਆਉਂਦੇ ਤੁਸੀਂ ਅੱਛਾ ਇਹ ਤੁਹਾਡੇ ਤੁਸੀਂ ਕਹਿ ਰਹੇ ਹੋ ਕਿ ਮੈਂ ਆਪਣਾ ਨੰਬਰ ਦਊਂ ਇਹਦਾ ਮਤਲਬ ਤੁਹਾਨੂੰ ਪਤਾ ਨਹੀਂ ਕਿ ਅੱਜ ਤੋਂ 8-10 ਦਿਨ ਪਹਿਲਾਂ ਮੈਂ ਤੁਹਾਡੇ ਫੇਸਬੁੱਕ ਤੇ ਦੇਖਿਆ ਵਾ ਉੱਥੇ ਮੇਰਾ ਨੰਬਰ ਵੀ ਆ ਨੰਬਰ ਮੈਂ ਦੇਖਿਆ ਵਾ ਪਰ ਜੇ ਮੈਨੂੰ ਪ੍ਰੋਬਲਮ ਹੈ ਤੁਹਾਡੇ ਕੋਲ ਮੈਂ ਆਉਂਗਾ ਤੇ ਗੱਲ ਕਰ ਸਕਦਾ ਤੁਹਾਡੇ ਨਾਲ ਤੁਹਾਨੂੂੰ ਇੱਥੇ ਆਉਣ ਦੀ ਕੀ ਲੋੜ ਹੈ ਗੁਰਦੁਆਰਾ ਦਾ ਮਿਊਂਚਲ 'ਚ ਵੀ ਆ ਸਿਕਿਉਰਟੀ ਵਾਲੇ ਆ ਮੂਵੀ ਬਣਾ ਰਿਹਾ ਤੁਹਾਡੇ ਸਿਕਿਉਰਟੀ ਮੈਨ ਤੁਹਾਡੇ ਸਿਕਿਉਰਟੀ ਦੋ ਜਣੇ ਮੂਵੀ ਬਣਾ ਰਹੇ ਹਾਂਜੀ अपने लिए बना आप एक मिनट अभी आप आए थे गाड़ी में आप एक चक्कर लगा के गए कितने लोग हैं कितने लोग पार्किंग पार्किंग में पार्किंग में नहीं आप बोलो मैं भी समझता हूँ आप सिक्योरिटी में है ठीक है आपको सिक्योरिटी लगानी इनके लगानी चाहिए पर प्रॉब्लम यह है कि अगर तुम यही करना गुरु का काम करना चाहते हो मत्था टेको हाल कोई बुक करो लोगों ने कहो भी मैं इतने आ रहा इन तरीक आ रहे जिन प्रॉब्लम इतने आके मेरे को हल करो गुरु घर मसला नहीं पोलिटिकल मसला कोई जी सदके आओ कोई तुहानू कोई रोक नहीं लंगर छको बैठो मेरे सवेरे चलो बगैर दसे भी आ सकते गुरु घर दरवाजे हर कभी खुले आ कोई राजा हो चाहे कोई भिखारी आ कोई भी आ सकता हो किसी मना नहीं बाकी ठीक है तुम आप सिखा दी मतलब प्रॉब्लम बहुत लोगों को हैगी पासपोर्ट की सारे ओसीआई किसी नहीं मिलता कोई नहीं करता ठीक है तुम्हें अपना नंबर दिता भी है इतने अं गुरु घर ला भी दिने नंबर ਕਿਉਂਕਿ ਮਿਲਣਾ ਤਾਂ ਉੱਥੋਂ ਹੀ ਮੈਸੇਜ ਮਿਲਣਾ ਨਾ ਮੈਂਸ਼ਨ ਤੋਂ ਹੀ ਤੇ ਤੁਹਾਡੇ ਨਾਲ ਕੰਟੈਕਟ ਕਰ ਲੈਣਗੇ ਤੇ ਤੁਹਾਡੇ ਨਾਲ ਜੇ ਹੋ ਸਕਦਾ ਹੋਇਆ ਤਾਂ ਤੁਸੀਂ ਚਲੋ ਅਸੀਂ ਤਾਂ ਸ਼ੁਕਰ ਨਹੀਂ ਫਾਇਦਾ ਇੱਥੇ ਕਾਹਦਾ ਹੋਣਾ ਇੱਥੇ ਨਹੀਂ ਇਹ ਕੰਮ ਇੱਥੇ ਨਹੀਂ ਹੋਣਾ ਵੱਡਾ ਮੇਨ ਹੈਗਾ ਜੇ ਮੀਡੀਆ ਦੇ ਵਿੱਚ ਤੁਸੀਂ ਅਖਬਾਰਾਂ ਵਿੱਚ ਹੀ ਵੱਡੀ ਹੈ ਵੀ ਗੁਰਦੁਆਰੇ ਯਾਨੀ ਮੀਡੀਆ ਵਿੱਚ ਸਾਰੇ ਜਰਮਨ ਦੇ ਗੁਰਦੁਆਰੇ ਸੰਗਤਾਂ ਉੱਥੇ ਜ਼ਿਆਦਾ ਪਤਾ ਲੱਗ ਸਕਦਾ ਹੈ ਤੇ ਗੁਰਦੁਆਰੇ ਜੇ ਸਾਡਾ ਆਫਿਸ ਜਿਹੜਾ ਸੰਗਤ ਸਾਡੀ ਟੁੱਟਦੀ ਹੈ ਟੁੱਟਦੀ ਤੁਹਾਡੇ ਕਰਕੇ ਤੁਹਾਡੇ ਕਰਕੇ ਟੁੱਟਣ ਦਾ ਹੀ ਹੈ ਨਾ ਸੰਗਤ ਸਾਨੂੰ ਦੋ ਤਿੰਨ ਦਿਨ ਹੋ ਗਏ ਲਗਾਤਾਰ ਇੱਕ ਦੂਜੇ ਨੂੰ ਗਾਲੋਂ ਗਾਲੀ ਹੋਇਆ ਜਿਹੜਾ ਤੁਸੀਂ ਸਵਾਲ ਕੀਤਾ ਨਾ ਕਿਉਂ ਟੁੱਟਦੀ ਆ ਉਹ ਫਿਰ ਪਹਿਲਾ ਮਸਲਾ ਆ ਜਾਂਦਾ ਖਾਲਿਸਤਾਨ ਦੇ ਕਰਕੇ ਟੁੱਟਦੀ ਆ ਹੁਣ ਮੈਂ ਤੁਹਾਨੂੰ ਕਹਿੰਦਾ ਕਿ ਤੁਸੀਂ ਉਹ ਗੱਲ ਤੇ ਆਉਣਾ ਨਹੀਂ ਚਾਹੁੰਦੇ ਪੰਜਾਬ ਦੇ ਵਿੱਚ ਕਿੰਨੇ ਮੁੰਡਿਆਂ ਨੂੰ ਜਿਹੜਾ ਤੁਹਾਡਾ ਸਿਆਪਾ ਜਿਹਾ ਕੇਸ ਤੁਸੀਂ ਬਣਾਇਆ ਨਵਾਂ ਕਾਨੂੰਨ ਉਹ ਆਪਾ ਕਿੰਨੇ ਬੰਦੇ ਨੂੰ ਫੜ ਫੜ ਕੇ ਕੇਸ ਅੰਦਰ ਕਰਤਾ ਵਾ ਸਿੰਘ ਸਾਹਿਬ ਮੈਂ ਤੁਹਾਡੇ ਨਾਲ ਬੜੇ ਅਦਬ ਨਾਲ ਗੱਲ ਕੀਤੀ ਹੈ ਅਗਰ ਤੁਸੀਂ ਵੀ ਅਦਬ ਨਾਲ ਗੱਲ ਕਰੋ ਤੁਹਾਡੇ ਕੋਈ ਮਾੜਾ ਲਫ਼ਜ਼ ਨਹੀਂ ਬੋਲਿਆ ਭਾਈ ਅਸੀਂ ਤੁਹਾਨੂੰ ਕਿਹੜੀ ਕੋਈ ਗੱਲ ਕੱਢੀ ਆ ਨਾ ਆਪਣੀ ਅੰਡਰਸਟੈਂਡਿੰਗ ਹੈ ਨਹੀਂ ਕੋਈ ਨਹੀਂ ਤੁਹਾਨੂੰ ਬੜਾ ਮਾੜਾ ਕੋਈ ਨਹੀਂ 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 ਜੋ ਤੁਸੀਂ ਸੋਚ ਰਹੇ ਹੋ ਇਹ ਤੁਹਾਡੀ ਗਲਤ ਫਹਿਮੀ ਹੈ ਮੇਰਾ ਆਉਣ ਦਾ ਸਿਰਫ ਇਹੀ ਮਕਸਦ ਹੈ ਕਿ ਪਾਸਪੋਰਟ ਵੀਜ਼ਾ ਓਸੀਆਈ ਮਿਸਲੇਨੀਅਸ ਕੌਂਸੂਲਰ ਸਰਵਿਸਿਜ਼ ਅਗਰ ਅਸੀਂ ਇੱਥੇ ਕੈਂਪ ਲਗਾ ਸਕੀਏ ਇੱਥੇ ਨਹੀਂ ਜੀ ਇੱਥੇ ਨਹੀਂ ਤੁਸੀਂ ਤੁਹਾਡੇ ਕੌਂਸੂਲਰ ਚ ਨਹੀਂ ਜੀ ਇੱਥੇ ਨਹੀਂ ਮੇਰੀ ਗੱਲ ਸੁਣੋ ਕੋਈ ਹਾਲੂ ਬੁੱਕ ਕਰਾਣ ਉੱਥੇ ਦਾ ਅਸੀਂ ਉਹ ਵੀ ਕਰ ਲਾਂਗੇ ਪਰ ਮੈਂ ਇਹਦੀ ਵੀ ਫਿਰ ਤੁਹਾਨੂੰ ਬੈਕਗ੍ਰਾਉਂਡ ਦੱਸਦਾ ਮੈਂ 2-3 ਹਫ਼ਤੇ ਪਹਿਲਾਂ ਰੈਗਨਸਬਰਗ ਪਤਾ ਨਹੀਂ ਕਿਸ ਗੁਰਦੁਆਰੇ ਚ ਜਾਣ ਦਾ ਸੀਗਾ ਵਿਚਾਰ ਉਹ ਤਾਂ ਸੀ ਗੁਰਦੁਆਰਾ ਸਾਹਿਬ ਸਾਰਿਆਂ ਨਾਲ ਸਲਾਹ ਕਰਕੇ ਜਿੱਦਾਂ ਬੰਦੇ ਹੈਗੇ ਉਹਨਾਂ ਨੇ ਕਿਹਾ ਜੀ ਆਜੋ ਤੁਸੀਂ ਅਸੀਂ ਫਿਰ ਪ੍ਰੈਸ ਰਿਲੀਜ਼ ਪਾਤੀ ਜੀ ਕਿ ਅਸੀਂ ਉੱਥੇ ਜਾਵਾਂਗੇ ਉਹ ਫਿਰ ਉਹ ਵੀ ਪ੍ਰੈਸ ਰਿਲੀਜ਼ ਜਿੱਦਾਂ ਤੁਸੀਂ ਕਿਸੇ ਨੇ ਕਿਹਾ ਨਾ ਐਡਵਰਟੀਜ਼ਮੈਂਟ ਕਰੋ ਅਸੀਂ ਉਹ ਵੀ ਕੀਤੀ ਪਰ ਲੋਕੀ ਸਾਡੇ ਫਿਰ ਨਹੀਂ ਵੀ ਤੁਸੀਂ ਆਓ ਪਰ ਸਾਡਾ ਮੁੱਦਾ ਹੀ ਕੁਝ ਹੋਰ ਹੈ ਤੁਹਾਡਾ ਮੁੱਦਾ ਹੀ ਕੁਝ ਹੋਰ ਹੈ ਇਹ 'ਚ ਜ਼ਿਆਦਾ ਡਿਸਕਸ਼ਨ ਮੇਰੇ ਨਾਲ ਹੋ ਨਹੀਂ ਸਕਦਾ ਐਡਵਰਟਾਈਜ਼ਮੈਂਟ ਤੁਸੀਂ ਕਰੋ ਵੀ ਅਸੀਂ
ਤਬਿੰਗਨ ਸ਼ਹਿਰ ਚ ਜਾ ਰਹੇ ਹਾਂ, ਫਲਾਨਾ ਹਾਲ ਸਾਡਾ ਬੁੱਕ ਹੈ, ਜਿਹਨੂੰ ਪ੍ਰੋਬਲਮ ਹੈ ਉੱਥੇ ਆਵੇ, ਅਸੀਂ ਉੱਥੇ ਆ ਕੇ ਗੱਲ ਕਰਨ ਕਰ ਸਕਦੇ ਹਾਂ ਆਪਣੇ ਪਾਸਪੋਰਟ ਲਈ। ਤੁਹਾਡੀ ਸਲਾਹ ਬਿਲਕੁਲ ਠੀਕ ਆ, ਸਾਨੂੰ ਕੋਈ ਇਤਰਾਜ ਥੋੜਾ, ਤੁਸੀਂ ਜਿੱਥੇ ਮਰਜ਼ੀ ਬੈਠੋ ਉੱਠੋ, ਜਿਹਦਾ ਮਰਜ਼ੀ ਤੁਸੀਂ ਕੰਮ ਕਰੋ, ਸਾਨੂੰ ਇਤਰਾਜ ਇੱਥੇ ਦਾ ਆ, ਤੁਸੀਂ ਮੱਥਾ ਟੇਕਣ ਦਾ ਕੋਈ ਇਤਰਾਜ ਨੀ, ਪਰ ਜੇ ਸਰਕਾਰੀ ਕੰਮ ਹੈ ਫੇਰ ਨੀ, ਫੇਰ ਨੀ। ਤੁਸੀਂ ਸੋਚ ਰਹੇ ਹੋ ਕਿ ਅੰਬੈਸੀ ਵਾਲੇ ਮੱਥਾ ਕਿਉਂ ਟੇਕ ਰਹੇ, ਅੰਬੈਸੀ ਵਾਲੇ ਅੰਬੈਸੀ ਵਾਲਿਆਂ ਨੂੰ ਮੱਥਾ ਟੇਕਣ ਤੋਂ ਕੋਈ ਵੀ ਨੀ ਰੋਕਣ ਡਿਆ, ਅਸੀਂ ਸਾਡਾ ਜਿਹੜਾ ਮੂਲ ਮੰਤਰ ਹੈ ਨਾ ਉਹ ਸ਼ੁਰੂਆਤ ਹੀ ਹੁੰਦਾ ਇੱਕ ਓਮਕਾਰ, ਗੋਡ ਇਜ਼ ਵਨ, ਮਾਨਸ ਕੇ ਸਭ ਬੰਦੇ, ਮਾਨਸ ਕੀ ਜਾ ਸਭ ਇੱਕ ਪਹਿਚਾਣ ਬੋ, ਅਸੀਂ ਇੱਥੇ ਗੁਰਦੁਆਰੇ ਦੇ ਦਰਵਾਜ਼ੇ ਸਾਰਿਆਂ ਲਈ ਖੁੱਲੇ ਆ, ਅਸੀਂ ਕਦੇ ਰੋਕਿਆ ਤੁਹਾਨੂੰ ਨਾ ਮੱਥਾ ਟੇਕਣ ਤੋਂ, ਕਿਹਨੇ ਰੋਕਿਆ ਤੁਹਾਨੂੰ ਮੱਥਾ ਟੇਕਣ ਜਾ ਰਹੇ, ਤੁਸੀਂ ਆ ਕੇ ਦੇਖੋ ਅਗਰ ਅੱਗੇ ਅੰਦਰ ਕੋਈ ਜਾ ਰਿਹਾ ਉੱਥੇ ਇੱਕ ਇੱਕ ਬੰਦੇ ਦੇ ਕੋਲੋਂ ਅਸਲੀ ਦਾ ਕੇਸ ਪਾ ਕੇ ਉਹਨੂੰ ਬਣਾਓ, ਤੁਸੀਂ ਵੀਡੀਓ ਬਣਾਓ, ਇਹ ਬਣਾ ਰਹੇ ਉਹਨੂੰ ਠਾਈ।